ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਤੁਸੀਂ ਸਰਵਣ ਕਰੋ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲਿਆਂ ਦੇ ਅਨਮੋਲਕ ਤਮਾਏ ਹੋਏ ਬਚਨ ਜੀ। ਬੱਚਾ ਜਾਣਦਾ, SDM ਦੀ ਖਬਰ ਬੜੀ ਸਿਖਾਲੀ ਹੈ, ਤਹਿਸੀਲਦਾਰ ਦੀ ਜਾਣਦੇ, ਉਹ ਸਾਹਮਣੇ ਆ ਤੁਹਾਡੇ, ਤਹਿਸੀਲਦਾਰੀ ਨਾਲ ਲੱਗੀ ਹੋਈ ਹੈ, ਲਫਾਫੀ ਨਾਲ ਲੱਗੀ ਹੋਈ ਹੈ, ਅੰਮ੍ਰਿਤਸੂਰਾਂ ਦੇ ਦਸ਼ਮੇਸ਼ ਕੰਬਾਈਨ ਨਾਲ ਲੱਗੀ ਹੋਈ ਹੈ, ਜਾਣਦੇ ਨੇ ਸਾਰੇ, ਜਾਣਦੇ। ਹਰਦੇਵ ਸਿੰਘ ਦੇ ਨਾਲ ਲੂਲੋ ਲੱਗਿਆ ਪਏ, ਜਾਣਦੇ, ਲੂਲੋ ਵਾਲਾ ਤੁਰਿਆ ਜਾਂਦਾ। ਇਹ ਖਬਰਾਂ ਧੰਨਵਾਨ ਗਿਆਨੀ ਸੰਤ ਵਿਦਵਾਨ MLA ਵਜ਼ੀਰ ਸਾਰੇ ਸ਼ਹਿਰਾਂ ਵਿੱਚ ਲੱਭੇ ਜਾ ਸਕਦੇ ਹੈ। ਰੱਬ ਦਾ ਪਿਆਰਾ ਨਹੀਂ ਲੱਭਿਆ ਜਾ ਸਕਦਾ, ਉਹਦੀਆਂ ਖਬਰਾਂ ਹੈਗੀਆਂ ਨਾਲ ਲੱਗੀਆਂ ਹੋਈਆਂ, ਦੇਣ ਵਾਲੇ ਨਾਲ ਤੁਰੇ ਫਿਰਦੇ ਨੇ, ਇਸ਼ਤਿਹਾਰ ਛਪਦੇ ਨੇ, ਅਨਾਊਂਸਮੈਂਟਾਂ। ਰੱਬ ਦੇ ਪਿਆਰੇ ਦੀ ਖਬਰ, ਕਬੀਰ ਦੀ ਖਬਰ ਕੌਣ ਦਊਗਾ? ਕਹਿੰਦਾ ਜਿਹੜਾ ਮੇਰੀ ਉਸਤਤ ਕਰੂਗਾ ਮੇਰਾ ਦੁਸ਼ਮਣ ਹੈ, ਕੌਣ ਖਬਰ ਦਊ ਉਹਦੀ? ਮੇਰਾ ਨਿੰਦਕ ਓਨਾ ਮਾੜਾ ਨਹੀਂ ਹੈ ਜਿੰਨਾ ਮੇਰੇ ਨਿੰਦਕ ਨੂੰ ਹਟਾਉਣ ਵਾਲਾ ਮਾੜਾ ਹੈ। ਕਬੀਰ ਕੌਣ ਖਬਰ ਦਊ ਉਹਨਾਂ ਦੀ? ਕਬੀਰ ਸਾਹਿਬ ਕਹਿੰਦੇ ਨਿੰਦਕ ਸੋ ਜੋ ਨਿੰਦਾ ਹੋਰੈ, ਹੋਰੇ ਨਹੀਂ ਹੋਰੈ, ਦਲਾਵਾਂ ਲਾਈਆਂ ਮਹਾਰਾਜ ਨੇ। ਹੋਰ ਸ਼ਬਦ ਹੈ ਸੰਸਕ੍ਰਿਤ ਦਾ ਹੋੜ, ਜਿਹਨੂੰ ਮਹਾਰਾਜ ਨੇ ਵਰਤਿਆ, ਬਹੋੜ ਗਈ ਬਹੋੜ ਬੰਦੀ ਛੋੜ। ਹੋਰਾ ਕਹਿੰਦੇ ਨੇ ਮੋੜ ਕੇ ਲਿਆਉਣਾ, ਮੋੜਨਾ, ਪੰਜਾਬੀ ਬੋਲੋ। ਡੰਗਰ ਚਾਰਦੇ ਹੁੰਦੇ ਸੀ, ਹੋੜੇ ਹੀ ਲੱਗਦੇ ਤੇ ਅਜਕੇ ਆਖੋ ਸਤਨਾਮ, ਮੋੜਨਾ, ਰੋਕਣਾ। ਕਬੀਰ ਸਾਹਿਬ ਕਹਿੰਦੇ ਮੇਰੀ ਨਿੰਦਾ ਕਰਨ ਵਾਲਾ ਨਿੰਦਕ ਨਹੀਂ, ਜਿਹੜਾ ਨਿੰਦਕ ਨੂੰ ਹਟਾਉਂਦਾ ਹੈ ਉਹ ਮੇਰਾ ਨਿੰਦਕ ਹੈ। ਨਿੰਦਾ ਨਿੰਦਕ ਸੋ ਜੋ ਨਿੰਦਾ ਹੋਰ ਹੈ, ਜਿਹੜਾ ਮੇਰੇ ਨਿੰਦਕਾਂ ਨੂੰ ਹਟਾਉਂਦਾ ਕਿ ਨਿੰਦਾ ਨਾ ਕਰੋ, ਅਸਲ ਨਿੰਦਕ ਉਹ ਹੈ। ਕੌਣ ਦੱਸੂ ਕਬੀਰ ਦੀ ਖਬਰ? ਕਸ਼ਮੀਰ ਗਏ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ, ਬਾਰਾਮੂਲੇ 'ਚ ਗੁਰਦੁਆਰਾ, ਬਾਰਾਮੂਲੇ ਦੇ ਹੀ ਹੋਏ ਨੇ ਸੁਥਰੇ ਸਤਸਾਹੀ, ਇੱਥੋਂ ਹੀ ਲੱਭਿਆ ਸੀ 6ਵੇਂ ਪਾਤਸ਼ਾਹ ਨੂੰ ਬਾਰਾਮੂਲੇ, ਬਹੁਤ ਵੱਡਾ ਸਥਾਨ। ਗਏ ਸੀ ਮਿਲਣ ਉਹਨੂੰ ਜਿਹਨੂੰ ਖਬਰ ਸੀ ਖੁਦਾ ਦੀ, ਉਹਨੂੰ ਮਿਲਣ ਗਏ ਸੀ, ਖੁਦਾ ਦੀ ਖਬਰ ਸੀ ਪਰ ਕਸ਼ਮੀਰੀਆਂ ਨੂੰ ਉਹਦੀ ਖਬਰ ਨਹੀਂ ਸੀ। ਦੇਖੋ ਤਹਿਸੀਲਦਾਰ ਕਿੱਡੀ ਕੁ ਪਦਵੀ ਹੈ, ਸਭ ਨੂੰ ਖਬਰ ਹੈ ਮਲੇਰਕੋਟ, ਜਿਹਨੂੰ ਖੁਦਾ ਦੀ ਪਦਵੀ ਮਿਲੀ ਉਹਦੀ ਖਬਰ ਨਾ ਹੋਣੀ, ਕਿੱਡੀ ਗੰਭੀਰਤਾ ਵਿੱਚ ਚਲੀ ਗਈ ਗੱਲ। ਜਿਹਨੂੰ ਰੱਬ ਦੀ ਖਬਰ ਉਹਦੀ ਖਬਰ ਨਹੀਂ ਹੈ ਦੁਨੀਆਂ ਨੂੰ। ਮਹਾਰਾਜ ਗਏ, ਕੱਟੂ ਸੀ ਫਕੀਰ ਕੱਟੂ ਸ਼ਾਹ, ਮੁਸਲਮਾਨ ਫਕੀਰ, ਜਿੱਦਣ ਤੋਂ ਪਤਾ ਲੱਗ ਗਿਆ 6ਵੇਂ ਪਾਤਸ਼ਾਹ ਨੂੰ ਕੈਦ ਹੋ ਗਈ, ਮੰਜੇ 'ਤੇ ਨਹੀਂ ਪਿਆ, ਕੱਪੜੇ ਪਾਟ ਗਏ, ਪੂੰਜੇ ਰੁੜਨਾ, ਅਰਦਾਸਾਂ ਕਦ ਦਰਸ਼ਨ ਹੋਣਗੇ, ਇਹ ਗਮ ਖਾਈ ਜਾਵੇ 6ਵੇਂ ਪਾਤਸ਼ਾਹ ਨੂੰ ਜੇਲ੍ਹ, ਉਹਨੂੰ ਕੈਦ। ਕਿਸੇ ਨੇਕ ਬੰਦੇ ਨੂੰ ਤੁਹਾਡੇ ਪਿੰਡ ਵਿੱਚ ਕੈਦ ਹੋ ਜਾਵੇ, ਥੋੜ੍ਹੀ ਬਹੁਤੀ ਸੱਟ ਵੱਜੂਗੀ, ਅੱਜ ਕੇ ਆਖੋ ਸਤਨਾਮ। ਗੁਰੂ ਨਾਨਕ ਨੂੰ ਕੈਦ, ਕਿੱਥੇ ਸਹਾਰ ਸਕੇ ਉਹਦਾ ਪਿਆਰਾ, ਉਹਦੀਆਂ ਅਰਦਾਸਾਂ ਸੁਣ ਕੇ ਗਏ ਸੀ। ਕਈ ਦਿਨ ਰਹੇ, ਦੀਵਾਨ ਲੱਗਦੇ ਰਹੇ, ਦੂਰੋਂ ਦੂਰੋਂ ਸੰਗਤ, ਪਤਾ ਲੱਗ ਗਿਆ ਕੱਟੂ ਨੂੰ ਆ ਗਏ, ਮਿਲਣ ਨਹੀਂ ਗਿਆ। ਗੱਲਾਂ ਗੰਭੀਰ ਨੇ, ਤੁਸੀਂ ਧਿਆਨ ਦਿੰਦੇ, ਮੈਂ ਤਾਂ ਇੱਧਰ 'ਚ ਰਹਿ ਜਾਂਦਾ। ਪਤਾ ਲੱਗ ਗਿਆ ਆ ਗਏ, ਮਿਲਣ ਨਹੀਂ ਗਿਆ। ਜਿੱਥੋਂ ਸੰਗਤ ਤੁਰ ਕੇ ਜਾਂਦੀ ਸੀ, ਰਸਤੇ ਵਿੱਚ ਲਿਟੀ ਜਾਵੇ ਤੂੜੀ ਵਿੱਚ, ਤੂੜੀ ਵਿੱਚ ਲੁੜੰਦੜੀ ਸੋਹਾਂ, ਤੂੜੀ ਵਿੱਚ। ਇਹ ਜਿਹੜੇ ਪਾਠ ਪਟੰਬਰ ਨੇ, ਇਹ ਤਾਂ ਭਾਈ ਸੇਤੀ, ਗੁਰੂ ਅਰਜਨ ਕਹਿੰਦੇ ਫੂਕਦੇ ਅੱਗ ਨਾਲ ਇਹਨਾਂ ਰੇਸ਼ਮਾਂ ਨੂੰ, ਫੂਕਦੇ ਗਹਿਣਿਆਂ ਨੂੰ, ਸੰਗਤ ਦੀ ਤੂੜੀ ਵਿੱਚ ਇਸ਼ਨਾਨ ਕਰ ਲੈ, ਭਾਈ ਸੇਤੀ ਜਾਲੇ, ਤੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈਂ ਸਹਿ। ਰੇਸ਼ਮ ਵਿੱਚੋਂ ਪਤੀ ਨੇ ਨਹੀਂ ਮਿਲਣਾ, ਸਹੁ ਨੇ ਨਹੀਂ ਮਿਲਣਾ, ਉਹਨੇ ਮਿਲਣਾ ਹੀ ਧੂੜੀ ਵਿੱਚੋਂ ਹੈ। ਅੱਜ ਕੇ ਆਖੋ ਸਤਨਾਮ। ਇੱਕ ਦਿਨ ਇੱਕ ਜਥਾ ਆਵੇ, ਪਛਾਣ ਲਿਆ ਉਹਨਾਂ ਨੇ ਕੱਟੂ, ਕਹਿੰਦੇ ਹੋਏ ਕੱਟੂਆ, ਰੋਂਦਾ ਸੀ, ਪਿੱਟਦਾ ਸੀ, ਰੋਟੀ ਛੱਡ ਦਿੱਤੀ, 6ਵੇਂ ਪਾਤਸ਼ਾਹ ਨੂੰ ਕੈਦ ਹੋ ਗਈ, ਉਹ ਆ ਗਏ ਨਹੀਂ, ਤੂੰ ਮਿਲਣੇ ਨਹੀਂ ਗਿਆ, ਦੀਵਾਨ ਲੱਗਦੇ ਨੇ, ਚੱਲ ਚਲੀਏ। ਕਹਿੰਦਾ ਜਾਓ ਤੁਸੀਂ, ਥੋੜ੍ਹਾ ਜਿਹਾ ਧਿਆਨ ਡੂੰਘਾ ਕਰਿਓ। ਕਹਿੰਦੇ ਤੂੰ ਮਿਲਣ ਨਹੀਂ ਜਾਣਾ? ਕਹਿੰਦਾ ਨਾ।
ਕਹਿੰਦੇ ਪਿੱਟਦਾ ਕਿਉਂ ਸੀ ਫਿਰ, ਰੋਂਦਾ ਕਿਉਂ ਸੀ? ਉਹ ਕਹਿੰਦਾ ਜਾਓ, ਤੁਹਾਨੂੰ ਇਹਨਾਂ ਮੰਜ਼ਿਲਾਂ ਦਾ ਪਤਾ ਨਹੀਂ ਹੈ, ਅੱਜ ਕਿਹਾ ਖੁਸ਼। ਬਸ ਪ੍ਰੇਮੀ ਵਾਸਤੇ ਜਾ ਕੇ ਮਿਲਣ ਦੀ ਤਾਂ ਲੋੜ ਹੀ ਨਹੀਂ, ਪਤਾ ਲੱਗ ਗਿਆ ਆ ਗਏ, ਇੰਨਾ ਹੀ ਬਥੇਰਾ ਹੈ, ਅੱਜ ਕਿਹਾ ਖੁਸ਼। ਆ ਗਏ ਬਸ, ਇੰਨਾ ਹੀ ਬਥੇਰਾ, ਕੀ ਕਰਨਾ ਕੋਲ ਜਾ ਕੇ? ਤੁਸੀਂ ਜਾਓ, ਫਿਰ ਗੰਭੀਰਤਾ ਵਿੱਚ ਆਇਓ, ਤੁਸੀਂ ਮਿਲਣ ਜਾਓਗੇ ਕਿ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤੁਸੀਂ ਮਿਲਣ ਵਾਲੇ ਹੋ, ਉਹ ਆਏ ਨੇ। ਦੋ ਹੋ ਗਏ ਨਾ, ਇੱਕ ਆਉਣ ਵਾਲਾ ਹੈ, ਇੱਕ ਮਿਲਣ ਵਾਲਾ ਹੈ। ਕੱਖ ਵੀ ਨਹੀਂ ਲੱਭਿਆ ਜਦ ਤੱਕ ਦੋ, ਉਹ ਆਇਆ ਹੈ, ਤੁਸੀਂ ਮਿਲਣ ਗਏ ਹੋ, ਨਹੀਂ। ਕਾਹਦਾ ਮਿਲਾਪ ਹੈ? ਇਹ ਉਹ ਮਿਲਾਪ ਹੈ, ਲੱਖ ਸਾਲ ਹੋ ਗਏ ਪੱਥਰ ਨੂੰ ਪਾਣੀ ਮਿਲਿਆ, ਪੱਥਰ ਪੱਥਰ ਹੈ ਤੇ ਪਾਣੀ ਪਾਣੀ ਹੈ, ਅੱਜ ਕੇ ਆਖੋ ਸਤਿ। ਬਸ ਮੈਨੂੰ ਇੰਨਾ ਹੀ ਬਹੁਤ ਹੈ, ਉਹ ਆ ਗਏ, ਲੋੜੇ ਨਹੀਂ ਹੁਣ ਕਹੋ, ਆ ਗਏ। ਇੱਕ ਦਿਨ ਇੱਕ ਆਇਆ ਪਠਾਨ ਸ਼ਰਧਾਲੂ ਗੁਰੂ ਦਾ, ਉਹ ਸ਼ਹਿਦ ਦਾ ਵਪਾਰੀ ਸੀ, ਸ਼ਹਿਦ, ਛੋਟੀ ਮੱਖੀ ਦਾ ਸ਼ਹਿਦ ਚੋ ਚੋ ਕੇ ਵੇਚਦਾ ਹੁੰਦਾ ਸੀ। ਹਰਗੋਬਿੰਦ ਸਾਹਿਬ ਜੀ ਦਾ ਪਤਾ ਲੱਗਿਆ, ਬੜਾ ਸੋਹਣਾ ਗੜਬਾ ਮਾਂਜਿਆ ਪਿੱਤਲ ਦਾ, ਸ਼ਹਿਦ ਚੋਇਆ, ਸਭ ਤੋਂ ਵਧੀਆ ਚਿੱਟਾ ਸ਼ਹਿਦ ਛੋਟੀ ਮੱਖੀ ਦਾ ਉਹਦੇ ਵਿੱਚ ਪਾ ਲਿਆ। ਇਹ ਸ਼ਹਿਦ ਮੈਂ ਛੇਵੇਂ ਪਾਤਸ਼ਾਹ ਨੂੰ ਛਕਾਉਣਾ, ਉਹਨਾਂ ਨੂੰ ਛਕਾਉਣਾ। ਇਹੋ ਜਿਹੇ ਸ਼ਹਿਦ ਤਾਂ ਕਦੇ ਲੱਭੇ ਨਹੀਂ। ਲਿਸ਼ਕਾ ਕੇ ਗੜਬਾ ਰੱਸੀ ਦਾ ਆਪਾਂ ਉੱਪਰ ਫੜ ਨੂੰ ਪਾ ਲੈਂਦੇ ਹੁੰਦੇ ਸੀ, ਗਲ ਨੂੰ ਢੱਕ ਕੇ ਕੱਪੜੇ ਦੇ ਨਾਲ ਤੁਰ ਪਏ। ਭਾਈ ਕੱਟੂ ਪਿਆ ਧੂੜੀ ਵਿੱਚ, ਭਾਈ ਕੱਟੂਆ ਤੂੰ ਗਿਆ ਨਹੀਂ ਦਰਸ਼ਨ ਕਰਨ, ਆ ਚਲੀਏ, ਮੈਂ ਸ਼ਹਿਦ ਲਿਆਂਦਾ ਦੁੱਧ ਵਰਗਾ ਚਿੱਟਾ ਛੋਟੀ ਮੱਖੀ ਦਾ, ਛੇਵੇਂ ਪਾਤਸ਼ਾਹ ਨੂੰ ਛਕਾਉਣਾ। ਭਾਈ ਕੱਟੂ ਹੱਥ ਬੰਨ ਕੇ ਕਹਿੰਦਾ, ਉਹ ਗੁਰਸਿੱਖਾ, ਮੈਂ ਕਦੇ ਸ਼ਹਿਦ ਨਹੀਂ ਖਾਧਾ, ਇੱਕ ਕੜਛੀ ਮੈਨੂੰ ਦੇ ਦੇ, ਵੇਖਾਂ ਕਿਹੋ ਜਿਹਾ ਹੁੰਦਾ ਸ਼ਹਿਦ। ਸਮਝਦੇ ਹੋ ਗੱਲ? ਜਿਨਕੋ ਖਬਰ ਥੀ ਵੋ ਬੇਖਬਰ ਮਿਲੇ, ਉਹਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਖਬਰ ਹੈ, ਕੋਈ ਰਹਿੰਦਾ ਇੱਥੇ। ਗੁਰਸਿੱਖ ਪਿਆਰਿਓ, ਉਹ ਕਹਿੰਦਾ ਹਟੋਏ ਪਰੇ, ਤੇਰੇ ਖਾਤਰ ਥੋੜੋ ਲਿਆਂਦਾ, ਇਹ ਛੇਵੇਂ ਪਾਤਸ਼ਾਹ ਨੂੰ ਛਕਾਉਣਾ। ਭਾਈ ਕੱਟੂ ਉੱਠ ਖੜਿਆ, ਹੱਥ ਬੰਨ ਕੇ ਮੂਹਰੇ ਖੜ ਗਿਆ, ਰਾਹ ਘੇਰ ਲਿਆ, ਉਹ ਕੜਛੀ ਨਹੀਂ ਇੱਕ ਚਮਚਾ ਦੇ ਦੇ, ਮੈਂ ਵੇਖ ਲਵਾਂ ਕਿਹੋ ਜਿਹਾ, ਤੂੰ ਪਾਸੇ ਹਟ ਦੇ ਕਿ ਤੈਨੂੰ ਹਟਾਵਾਂ, ਆਪਣੀ ਬੋਲੀ ਹੁੰਦੀ। ਚਰਨ ਫੜ ਲਏ ਕੱਟੂ ਨੇ, ਉਹ ਇੱਕ ਉਂਗਲੀ ਦੇ ਦੇ ਲਾ ਕੇ, ਬਸ ਧੱਕਾ ਦੇ ਦਿੱਤਾ, ਚਲਿਆ ਗਿਆ। ਉਹਨਾਂ ਦੀ ਖਬਰ ਨਹੀਂ ਹੈ ਸਾਨੂੰ। ਸੰਤ ਮਹਾਰਾਜ ਈਸ਼ਰ ਸਿੰਘ ਸੀ ਰਾੜੇ ਸਾਹਿਬ ਵਾਲੇ, ਮੱਥਾ ਟੇਕਣ ਵਾਲੇ ਬਹੁਤ, ਮਾਇਆ ਦੇਣ ਵਾਲੇ ਬਹੁਤ। ਗਲਤ ਨਾ ਸਮਝਿਓ, ਖਬਰ ਜਾਣਨ ਵਾਲਾ ਕੋਈ ਵਿਰਲਾ ਹੀ ਸੀ। ਅੱਜ ਕੇ ਆਖੋ ਆਏ ਸੀ ਸੰਤ ਮਹਾਰਾਜ ਜਵਾਲਾ ਸਿੰਘ ਜੀ ਮਿਲਣ ਹਰਖੋਣ ਵਾਲੇ, ਬਾਬਾ ਜਵਾਲਾ ਸਿੰਘ ਜੀ, ਨਾਂ ਸੁਣਿਆ ਹੋਣਾ ਤੁਸੀਂ। ਜੇ ਕਿਸੇ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਬਸ ਰੱਬ ਦੇ ਦਰਸ਼ਨ, ਪਰਮਾਤਮਾ ਦੇ ਦਰਸ਼ਨ, ਕੋਈ ਫਰਕ ਹੀ ਨਹੀਂ ਸੀ। ਕੋਈ ਵਿਰਲੇ ਸਾਧੂ ਹੁੰਦੇ ਨੇ ਜਿਹਨਾਂ ਖਾਤਰੇ ਬਾਣੀ ਵਿੱਚ ਲਿਖਿਆ, ਸੰਤ ਰਾਮ ਹੈ ਏਕੋ, ਸੰਤ ਰਾਮ ਹੈ ਏਕੋ, ਆਮ ਨਹੀਂ, ਉਹਨਾਂ ਦੀ ਸਾਨੂੰ ਖਬਰੇ ਨਹੀਂ ਹੈ। ਆਏ ਮਿਲਣ, ਸੇਵਾਦਾਰੇ ਨੇ ਦੱਸਤਾ ਜਾ ਕੇ, ਹਰਖੋੜ ਵਾਲੇ ਮਹਾਰਾਜ ਆਏ ਨੇ। ਬੜੀ ਉੱਚੀ ਬਿਰਤੀ ਸੀ, ਬਹੁਤ ਉੱਚੀ ਬਿਰਤੀ ਸੀ, ਕਰਨੀ ਇੱਥੇ ਤੱਕ ਸੀ ਕਿ ਸਰੀਰ ਦੇ ਅੰਗ ਵੀ ਜਦੋਂ ਮਰਜ਼ੀ ਜੁਦੇ ਕਰ ਲੈਣ, ਜਦੋਂ ਮਰਜ਼ੀ ਇਕੱਠੇ ਕਰ ਲੈਣ। ਹੈਰਾਨਗੀ ਨਾ ਕਰਿਓ, ਬਹੁਤ ਸੁਖਾਲੀ ਗੱਲ ਹੈ, ਬਹੁਤ ਸੁਖਾਲੀ। ਘੜੀ ਹੈਗੀ ਤੁਹਾਡੇ ਕੋਲ? ਇਹ ਘੜੀ ਨੂੰ ਮਲੇਰ ਕੋਲ ਲੈ, ਘੜੀ ਸਾਜ ਕੋਲ ਲੈ ਜਿਓ, 5 ਮਿੰਟ 'ਚ ਖੋਲ੍ਹ ਕੇ ਜੁਦੀ ਜੁਦੀ ਕਰ ਦਿਉ, ਪੈਟਰੋਲ ਨਾਲ ਧੋ ਕੇ 3 ਮਿੰਟ 'ਚ ਫਿੱਟ ਕਰ ਦਿਉ, ਇੰਨਾ ਕੁ ਕੰਮ ਹੈ। ਪਰ ਇਹਨੂੰ ਘਰ ਖੋਲ੍ਹ ਲਿਓ, ਅੱਧੀਆਂ ਗਰਾਰੀਆਂ ਨਹੀਂ ਲੱਭਣੀਆਂ, ਖੇ ਆਖੋ ਸੱਜਣਾ, ਮੁੜ ਕੇ ਇਹਨਾਂ ਨੱਟ ਬੋਲਟ ਲੱਭ ਗਏ, ਨਾਲੇ ਉੱਥੇ ਕਿਰੇ ਹੋਣਗੇ। ਇਹ ਸਰੀਰ ਵੀ ਇੱਕ ਘੜੀ ਹੈ, ਇਹਦੇ ਵੀ ਘੜੀ ਸਾਜ ਹੈਗੇ, ਅੱਜ ਖੇ ਆਖੋ ਸਤ, ਇਹਦੇ ਵੀ ਘੜੀ ਸਾਜ ਹੈਗੇ। ਬਦੌਸ਼ੀ ਵਾਲੇ ਬਾਬਾ ਵੀਰ ਅਮਦਾਸ ਜੀ, ਜੁਦੇ ਜੁਦੇ ਅੰਗ, ਜਦ ਮਰਜ਼ੀ ਇਕੱਠੇ, ਇਹੋ ਜਿਹੀ ਕਰਨੀ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ। ਹਰਖੋਵਾਲ ਰਹਿ ਰਹੇ ਨੇ,
ਦਰਸ਼ਨ ਸ਼ਿਮਲੇ ਹੋ ਰਹੇ ਨੇ, ਸ਼ਿਮਲੇ ਉਸੇ ਰਾਤ ਉਸੇ ਸਮੇਂ। ਉਹਨਾਂ ਹੀ ਮਹਾਂਪੁਰਸ਼ਾਂ ਨੂੰ ਆਖਿਆ, ਨਿਰਗੁਣ ਆਪ ਸਰਗੁਣ ਪੀਓ, ਕਲਾ ਤਾਰ ਜਿਨ ਸਗਲੀ ਮੋਹੀ। ਗੁਰਸਿੱਖ ਪਿਆਰਿਓ ਆਏ ਉਦੋਂ ਕੀਰਤਨ ਦੀ ਚੜ੍ਹਦੀ ਕਲਾ ਸੀ ਸੰਤਾਂ ਦੀ। ਕਹਿੰਦੇ ਲਿਆਓ ਅੰਦਰ, ਮਹਾਰਾਜ ਜੀ ਅੰਦਰ ਚਲੋ। ਕਹਿੰਦੇ ਅੰਦਰ ਨਹੀਂ ਜਾਣਾ। ਪੁੱਛੇ ਉਰਾਲੇ ਸਾਹਿਬ ਵਾਲੇ ਤਾਂ ਮਲੇਰਕੋਟਲੇ ਵੀ ਬਹੁਤ ਰਹਿੰਦੇ ਹੋਣੇ ਅਜਖੇ ਕੋ ਸਦਨਾਮ, ਕਿਉਂਕਿ ਸਾਈਨ ਬੋਰਡ ਲਾ ਕੇ ਜਿਹੜਾ ਕੰਮ ਸੋਹਣਾ ਚੱਲ ਪੈਂਦਾ। ਡਿਪਲੋਮਾ ਚਾਹੀਦਾ ਨਾ ਕੋਲ, ਪਿੰਡ ਵਾਲਿਆਂ ਦਾ ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ ਨੇ, ਉਹਨਾਂ ਨਾਲ ਰਹਿਣਾ ਕਿੱਥੇ ਸਿਖਾਲਾ ਤਾ। ਚਾਹੇ ਉੱਥੇ ਰਾਤ ਵੀ ਨਹੀਂ ਕੱਟੀ, ਮੈਂ ਵੀ ਪਿੰਡ ਵਾਲਾ ਅਜਖੇ ਕੋ ਸਦਨਾਮ, ਕਲੇਰ ਵਾਲਿਆਂ ਦਾ ਪਤਾ ਨਹੀਂ ਕਿੰਨੇ ਕਿੰਨੇ, ਕਿੱਥੇ ਬਾਬਾ ਆਨੰਦ ਸਿੰਘ ਦੀ ਕਰਨੀ, ਕਿੱਥੇ ਲੱਭੋਗੇ ਉਹਨਾਂ ਰੂਹਾਂ ਨੂੰ, ਨਹੀਂ ਲੱਭਣੀਆਂ ਮੁੜ ਕੇ। ਅਸੀਂ ਤਾਂ ਰੀਸਾਂ ਹੈ, ਰੀਸਾਂ ਕਰੈ ਤਨਾੜੀਆਂ, ਜੋ ਸੇਵੈ ਦਰਖੜੀਆਂ, ਨਾਲ ਖਸਮੈ ਰਤੀਆਂ, ਮਾਨਣ ਸੇਜੜੀਆਂ, ਉਹਨਾਂ ਦੀਆਂ ਰੀਸਾਂ ਨੇ ਸਾਡੇ ਕੋਲ। ਮਹਾਰਾਜ ਕਹਿੰਦੇ ਆਓ ਜੀ ਅੰਦਰ ਚਲੀਏ। ਉਹ ਕਹਿੰਦੇ ਈਸ਼ਰ ਸਿਆ ਅੰਦਰ ਕੀ ਜਾਣੇ, ਕਿਤੇ ਬਾਜਾ ਵਜਾਉਂਦਾ ਨਾ ਰਹਿ ਜੀ, ਕੁਛ ਆਪਣੇ ਖਾਤਰ ਵੀ ਕਰ ਲਈ। ਅੱਜ ਕੇ ਆਖੋ ਸੰਤ ਮਹਾਰਾਜ ਹਰ ਖੋਲ, ਕੁਛ ਆਪਣੇ ਖਾਤਰ ਨੋਟ ਕਰਿਓ। ਫਿਰ ਗਲ ਗਲ ਪਾਣੀ ਵਿੱਚ ਖੜੇ ਹੈ ਨਹਿਰ ਵਿੱਚ, ਅੱਜ ਕੇ ਆਖੋ ਸੰਤ। ਕਿਸੇ ਸਾਧੂ ਦੀ ਸੱਟ ਬਿਨਾਂ ਇਹ ਮਨ ਸਿੱਧਾ ਨਹੀਂ ਹੋਣਾ। ਸੱਟ ਇਹ ਠੀਕ ਹੈ, ਲੋਹਾ ਲੋਹਾ ਹੁੰਦਾ, ਸੱਟ ਨਾਲ ਸਿਮਰਦਾ, ਸਿਉਣਾ ਸਿਉਣੇ, ਪਰ ਸਿੱਧਾ ਉਹਨੇ ਵੀ ਸੱਟ ਨਾਲੇ ਹੋਣਾ ਹੈ। ਅੱਜ ਕੇ ਆਖੋ ਸਤਨਾਮ। ਕੋਈ ਮਹਾਂਪੁਰਸ਼ ਦੀ ਪਦਵੀ ਸਿਉਣੇ ਤੇ ਵੀ ਪੁੱਜ ਗਈ ਤਾਂ ਵੀ ਕਿਸੇ ਸੱਟ ਦੀ ਲੋੜ ਹੈ। ਉਹ ਟੋਲਦੇ ਹੁੰਦੇ ਗੁਰੂ ਨਾਨਕ ਦਾ ਬਚਨ ਸੁਣ ਲਓ। ਮਹਾਰਾਜ ਕਹਿੰਦੇ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕਲ, 12 ਤੇ ਵਧੀਕ ਗ੍ਰੰਥੀ ਸਿੰਘ ਸਮਝਣਗੇ। ਗੁਰੂ ਨਾਨਕ ਕਹਿੰਦੇ ਜੇ ਤੂੰ ਸੱਤਾਂ ਸਮੁੰਦਰਾਂ ਨੂੰ ਵੀ ਤਰ ਕੇ ਪਾਰ ਲੰਘ ਸਕਦਾ ਹੋਵੇ, ਇੰਨਾ ਤੈਰਾਕ ਬਣ ਜਾਵੇ, ਕੋਈ ਮੁਸ਼ਕਲੇ ਨਹੀਂ ਤਰਨ ਦੀ, ਬਹੁਤ ਵੱਡਾ ਤਾਰੂ ਬਣ ਜਾਵੇ। ਗੁਰੂ ਨਾਨਕ ਕਹਿੰਦੇ ਮਾਣ ਨਾ ਕਰੀ, ਫਿਰ ਵੀ ਤਰਨ ਵਾਲਿਆਂ ਤੋਂ ਪੁੱਛਦਾ ਰਹੀ, ਅੱਜ ਕੇ ਆਖੋ ਤਾਹੂੰ ਪੁੱਛ ਤਿੜਨ ਕਲ। ਜਿਹੜੇ ਤਰਨਾ ਜਾਣਦੇ ਨੇ ਫਿਰ ਵੀ ਪੁੱਛੀ, ਕੋਈ ਗੁਰ ਲੈਂਦਾ ਰਹੀ। ਮਹਾਂਪੁਰਸ਼ਾਂ ਦੀਆਂ ਵੀ ਸਟੇਜਾਂ ਨੇ। ਗੁਰਸਿੱਖ ਪਿਆਰਿਓ ਸਾਡੇ ਕੋਲ ਤਾਂ ਗੱਲਾਂ ਬਾਤਾਂ ਨੇ। ਮੈਂ ਫਿਰ ਬੇਨਤੀ ਕਰਾਂ, ਕੋਈ ਵਿਰਲੇ ਜਿਹੜੇ ਉਹਨਾਂ ਨੂੰ ਜਾਣ ਸਕਣ। ਇਹ ਜੁਦੀ ਗੱਲ ਹੈ, ਸਤਿਕਾਰ ਸਾਧੂ ਦਾ ਕਰਦੇ ਰਹੇ, ਉਹਨਾਂ ਵਰਗਾ ਸਤਿਕਾਰ ਹੋਣਾ ਕਿੱਥੇ। ਬਹੁਤ ਮਾਣ ਪ੍ਰਤਿਸ਼ਠਾ ਵੀ ਮਿਲੀ, ਪਰ ਅੰਦਰੋਂ ਜਾਣਨ ਵਾਲਾ ਕੋਈ ਵਿਰਲਾ ਹੀ ਹੁੰਦਾ। ਆਪਣਾ ਤਾਂ ਇਤਿਹਾਸ ਭਰਿਆ ਪਿਆ, ਗੁਰੂ ਨਾਨਕ ਅੱਗੇ ਤਾਂ ਦੁਨੀਆਂ ਝੁੱਕ ਗਈ, ਉਹਨੂੰ ਰੱਬ ਵੀ ਕਹੀ ਗਏ, ਉਹਨੂੰ ਅੱਲਾ ਵੀ ਕਹੀ ਗਏ, ਨਿਰੰਕਾਰ ਵੀ ਕਹੀ ਗਏ, ਪਰ ਉਹਨੂੰ ਅੰਦਰੋਂ ਦੇਖਣ ਵਾਲਾ ਤਾਂ ਲੈਣਾ ਹੀ ਸੀ। ਅੱਜ ਕੇ ਆਖੋ ਕੇਵਲ ਲੈਣਾ ਦੇਖ ਸਕਿਆ, ਜਿਸ ਦੇਖਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮੰਨ ਗਏ। ਤੁਹਾਨੂੰ ਪਤਾ ਕਿ ਲੈਣਾ ਜੀ 7 ਸਾਲ ਰਹੇ ਹਾਂ ਗੁਰੂ ਨਾਨਕ ਕੋਲ, ਕੇਵਲ ਕੇਵਲ 7 ਸਾਲ। 7 ਸਾਲ ਵਿੱਚ ਕਿੱਥੇ ਪੁੱਜ ਗਏ, ਗੁਰੂ ਨਾਨਕ ਦੇ ਮੂੰਹ ਤੋਂ ਕਹਾ ਲਿਆ ਲੈਣੇ ਨੇ, ਕਹਾ ਲਿਆ ਲੈਣਿਆ, ਹੁਣ ਤੂੰ ਨਾਨਕ ਤੇ ਮੈਂ ਲੈਣਾ। ਅੱਜ ਕੇ ਆਖੋ ਐਸੀ ਅੰਦਰੋਂ ਜਾਣਨਾ, ਅੰਦਰੋਂ ਦੇਖਣਾ। ਕੋਈ ਹੋਈ ਐਸੀ ਘਟਨਾ ਦੁਨੀਆਂ 'ਚ, ਨਾਨਕ ਕਵੇ ਤੂੰ ਨਾਨਕ ਤੇ ਮੈਂ ਲੈਣਾ, ਇਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਮੰਨ ਗਏ। ਪਏ ਕਬੂਲ ਖਸਮ ਨਾਲ ਜਾਂ ਕਹਾਲ।